छत्तीसगढ़ ਦੇ ਬਸਤਰ ਵਿੱਚ ਨਕਸਲੀ ਹਮਲੇ ਦੌਰਾਨ ਨੌਜਵਾਨ ਦੀ ਬੇਮਿਸਾਲ ਦਲੇਰੀ ਇਸ ਨੌਜਵਾਨ ਨੇ ਨਕਸਲੀ ਹਮਲੇ ਦੌਰਾਨ ਪਗ ਨਾਲ ਬਚਾਈ ਸੀ ਸਾਥੀ ਦੀ ਜਾਨ ਛੱਤੀਸਗੜ੍ਹ ਦੇ ਬਸਤਰ ਵਿੱਚ ਨਕਸਲੀ ਹਮਲੇ ਦੌਰਾਨ ਪੱਗ ਦੇ ਨਾਲ ਸਾਥੀ ਦੀ ਜਾਨ ਬਚਾਉਣ ਵਾਲਾ ਨੌਜਵਾਨ ਜਿਸ ਦੇ ਕੀ ਸੋਸ਼ਲ ਮੀਡੀਆ ਦੇ ਉੱਪਰ ਅੱਜ ਕੱਲ ਕਾਫੀ ਚਰਚੇ ਹੋ ਰਹੇ ਨੇ ਉਹ ਬਹਾਦਰ ਨੌਜਵਾਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਲੇਰ ਦਾ ਵਸਨੀਕ ਪਾਇਆ ਗਿਆ ਹੈ ਜਿਸ ਦੇ ਚਰਚੇ ਇਸ ਵਕਤ ਪੂਰੀ ਦੁਨੀਆ ਦੇ ਵਿੱਚ ਹੋ ਰਹੇ ਨੇ ਜ਼ਿਕਰ ਹੋ ਗਿਆ ਕਿ ਗੋਲੀ ਦੇ ਨਾਲ ਜ਼ਖਮੀ ਹੋਣ ਵਾਲੇ ਨੌਜਵਾਨ ਬਲਰਾਜ ਸਿੰਘ ਨੇ ਆਪਣੇ ਜ਼ਖਮਾਂ ਦੀ ਪਰਵਾਹ ਨਹੀਂ ਕੀਤੀ ਅਤੇ ਪੱਗ ਦੇ ਨਾਲ ਆਪਣੇ ਸਾਥੀ ਦੀ ਜਾਨ ਬਚਾਈ ਜਿਸ ਤੋਂ ਬਾਅਦ ਬਲਰਾਜ ਸਿੰਘ ਦੇ ਪਰਿਵਾਰ ਵਾਲੇ ਆਪਣੇ ਆਪ ਦੇ ਉੱਪਰ ਮਾਣ ਮਹਿਸੂਸ ਕਰ ਰਹੇ ਨੇ ਬਲਰਾਜ ਸਿੰਘ ਦੀ ਮਾਤਾ ਹਰਜੀਤ ਕੌਰ ਅਤੇ ਪਤਨੀ ਰਾਜਵੀਰ ਕੌਰ ਨੇ ਕਿਹਾ ਕਿ ਅਸੀਂ ਅਤੇ ਪੂਰੇ ਪਿੰਡ ਵਾਸੀ ਬਲਰਾਜ ਸਿੰਘ ਦੇ ਸਵਾਗਤ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਨੇ ਬਲਰਾਜ ਸਿੰਘ ਦੇ ਮਨ ਦੇ ਵਿੱਚ ਦੇਸ਼ ਸੇਵਾ ਕਰਨ ਦਾ ਬਹੁਤ ਜ਼ਿਆਦਾ ਜਜ਼ਬਾ ਹੈ ਅਤੇ ਉਹ 2014 ਦੇ ਵਿੱਚ CRPF ਦੇ ਵਿੱਚ ਭਰਤੀ ਹੋ ਗਿਆ ਸੀ ਪਰਿਵਾਰ ਨੇ ਕਿਹਾ ਕਿ ਬਲਰਾਜ ਸਿੰਘ ਪਹਿਲਾਂ ਦੁਬਈ ਦੇ ਵਿੱਚ ਕੰਮ ਕਰਿਆ ਕਰਦਾ ਸੀ ਜਦ ਕਿ ਉਸ ਦਾ ਪਰਿਵਾਰ ਪਿੰਡ ਵਿੱਚ ਖੇਤੀਬਾੜੀ ਦਾ ਕੰਮ ਕਰਦਾ ਹੈ ਤਾਂ ਆਓ ਤੁਸੀਂ ਵੀ ਵੇਖੋ ਬਲਰਾਜ ਸਿੰਘ ਦੇ ਪਰਿਵਾਰ ਦੇ ਨਾਲ ਇੱਕ ਖਾਸ ਰਿਪੋਰਟ ਮੇਰੇ ਨਾਲ ਜੁੜ ਸੰਸਗ ਜੀ ਬਲਰਾਜ ਸਿੰਘ ਉਹ ਬਹੁਤ ਬਾਤਰੀ ਕੀਤੀ ਬੱਚੇ ਨੇ ਜੀ ਬਹੁਤ ਵਧੀਆ ਰਹਿਣ ਸੰਜੀ ਬਹੁਤ ਪ੍ਰੇਮ ਸੀਗਾ ਦੂਰੀ ਉਹਨਾਂ ਤਾਂ 36 ਗਾੜ ਸੀ ਤਿਸ ਤੋਂ ਪਹਿਲਾਂ ਤਾਂ ਬਾਲ ਜਦੋਂ ਜਖਮੀ ਸੁਣਿਆ ਫਿਰ ਬਹੁਤ ਸੋਚਦਾ ਹੀ ਮਾਹੌਲ ਸੀਗਾ ਮੁਰਗੇ ਜਦੋਂ ਪਤਾ ਲੱਗਾ ਵੀ ਬੱਚੇ ਨੇ ਬਹੁਤ ਆਪਣੀ ਬਾਤਰੀ ਕੀਤੀ ਫਿਰ ਥੋੜਾ ਮਾਨ ਮਹਿਸੂਸ ਵੀ ਹੁੰਦਾ ਹੈ ਤੇ ਪਰਿਵਾਰਕ ਮੈਂਬਰ ਦੇ ਵਿੱਚ ਤੁਹਾਡੇ ਪਰਿਵਾਰ ਦੇ ਵਿੱਚ ਕੋੜ ਕੋਣ ਨੇ ਹਾਂਜੀ ਸਾਡੇ ਪਰਿਵਾਰ ਦੇ ਵਿੱਚ ਸਾਡੇ ਸਾਰੇ ਪਰਿਵਾਰ ਬੈਠਾ ਸਾਰੇ ਮੈਂਬਰ ਹੈ ਜੀ ਤੇ ਕਿੰਨੇ ਭਰਾ ਨੇ ਬਲਰਾਜ ਸਿੰਘ ਹੋਣੀ ਤੇ ਕਿੰਨੇ ਸਿਸਟਮ ਨੇ ਤਿੰਨ ਭੈਣਾ ਇੱਕ ਭਰਾ ਜੀ ਉਹ ਆਇਆ ਜੀ 5 ਦਿਨ ਦੀ ਛੁੱਟੀ ਆਇਆ ਹੈ ਉਹਦਾ ਇੱਥੇ ਟੈਸਟ ਸੀਗਾ ਜੀ ਚੰਡੀਗੜ੍ਹ ਹਾਂਜੀ ਜੋਸ਼ ਮੁਲਕ ਕਿੱਦਾਂ ਆ ਕਿ ਉਹ ਨੌਜਵਾਨਾਂ ਦੇ ਵਿੱਚ ਜੋਸ਼ ਬਹੁਤ ਜ਼ਿਆਦਾ ਹੁੰਦਾ ਕਿਸ ਤਰ੍ਹਾਂ ਜੋਸ਼ ਜਸਿੱਲਾ ਕਿਸ ਤਰ੍ਹਾਂ ਦਾ ਗੁੱਸੇ ਵਾਲਾ ਕਿਸ ਤਰ੍ਹਾਂ ਦਾ ਸੁਭਾਅ ਦਾ ਨਹੀਂ ਗੁੱਸੇ ਵਾਲਾ ਸੁਭਾਅ ਜੀ ਉਹਦੇ ਬਹੁਤ ਵਧੀਆ ਸੀ ਸੁਭਾਅ ਚਾਰ ਦਿਨ ਘਰ ਰਿਹਾ ਤੇ ਦੋ ਦਿਨ ਉਹਦੇ ਰਾਤ ਚ ਲੱਗੇ ਅਸਾਂ ਜੀ ਹਾਂਜੀ ਤੇ ਹੁਣ ਬਹਾਦਰੀ ਦੇ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਉਹ ਲੋਕ ਇਸ ਪ੍ਰਕਾਰ ਤੁਹਾਡੀ ਜੀ ਮਦਦ ਕੀਤੀ ਜਾ ਰਹੀ ਹੈ ਕਿ ਮੈਥਰੋ ਸੱਦਵਾਇਆ ਗਿਆ ਕਿ ਤੁਹਾਡੇ ਨਾਲ ਮਤ ਕੀਤੀ ਜਾਏਗੀ ਪਰਵਾਰ ਨੂੰ ਕੋਈ ਸਾਡੇ ਕੋਲ ਪ੍ਰਸ਼ਾਸਨ ਦਾ ਕੋਈ ਆਦਮੀ ਆਇਆ ਨਹੀਂ ਹੈ ਜੀ ਸਿੱਖ ਕੌਮ ਵਾਸਤੇ ਸਾਡੇ ਬੱਚੇ ਨੇ ਆਪਣੀ ਦਸਤਾਰ ਦੀ ਪਰਵਾਹ ਨਹੀਂ ਕੀਤੀ ਆਪਣੇ ਜ਼ਖਮੀ ਹੋਣ ਦੀ ਪਰਵਾਹ ਨਹੀਂ ਕੀਤੀ ਉਹਨੇ ਆਪਣਾ ਇੱਕ ਫਤਿਹ ਨਿਭਾਇਆ ਜੀ ਬਹੁਤ ਸਿੱਖ ਸਿੱਖ ਹੋਣ ਕਰਕੇ ਉਹਨੇ ਬਹੁਤ ਉੱਚਾ ਕਦਮ ਚੁੱਕਿਆ ਜੀ ਮੇਰਾ ਨਾਮ ਹਰਜੀਤ ਗੌਰ ਜੀ ਬਦਰਾ ਸਿੰਘ ਤੁਹਾਡਾ ਕੀ ਲੱਗਦਾ ਮੇਰਾ ਲੜਕਾ ਜੀ ਮੈਂ ਜੀ ਆਪਣੇ ਲੜਕੇ ਨੇ ਬਹੁਤ ਸਲੂਟ ਕਰਦੀ ਆ ਮੇਰੇ ਬਲੜਕੇ ਨੇ ਬਹੁਤ ਵਧੀਆ ਬਾਦਰੀ ਕੀਤੀ ਆ ਮੈਂ ਆਪਣੇ ਲੜਕੇ ਦੇ ਤੇ ਬਹੁਤ ਹੀ ਵਧੀਆ ਮੈਂ ਉਪਦੇਸ਼ ਦੇਨੀ ਆ ਉਹਨਾਂ ਨੂੰ ਕਿ ਤੂੰ ਆਪਣੇ ਵਾਸਤੇ ਵੀ ਕੀਤਾ ਵਾ ਤੂੰ ਦੇਸ਼ ਵਾਸਤੇ ਵੀ ਕੀਤਾ ਵਾ ਮੇਰੇ ਲੜਕੇ ਨੇ ਬਹੁਤ ਹੀ ਵਧੀਆ ਉਹਨੇ ਕੀਤਾ ਪਰ ਵਾ ਪਿੰਡ ਚ ਤੇ ਮਾ ਪਰਿਵਾਰ ਚ ਪਹਿਲਾਂ ਤਾਂ ਵੇਖੋ ਜੀ ਮੈਂ ਤੇ ਠੀਕ ਨਹੀਂ ਮੈਨੂੰ ਤੇ ਨਹੀਂ ਸੀ ਨਾ ਕਰ ਦਿਆਂ ਦੱਸਿਆ ਤੇ ਪਿੰਡ ਵੀ ਉੱਚ ਚੁੱਪੀ ਰਿਹਾ ਜਦੋਂ ਮੈਨੂੰ ਪਤਾ ਲੱਗਾ ਫਿਰ ਸਾਰੇ ਮੈਨੂੰ ਵਧਾਈਆਂ ਦੇਣ ਆਏ ਉਦੋਂ ਦਾ ਹੀ ਮੇਰੇ ਘਰ ਬਹੁਤ ਹੀਤ ਰੌਣਕਾਂ ਲੱਗੀਆਂ ਪਈਆਂ ਨੇ ਤਰਨਤਾਰਨ ਤੋਂ ਸਾਗਰਦੀਪ ਸਿੰਘ ਅਰੋੜਾ ਦੀ ਰਿਪੋਰਟ ਚੜ੍ਹਦੀ ਕਲਾ ਟਾਈਮ ਟੀਵੀ